ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਾਡੇ ਚੈਨਲ 'ਤੇ ਸਾਰਿਆਂ ਦਾ ਸਵਾਗਤ ਹੈ ਜੀ। ਅੱਜ ਦੀ ਆਪਣੀ ਕਹਾਣੀ ਦਿਆਲ ਕੌਰ ਦੁਆਰਾ ਲਿਖੀ ਗਈ ਆ। ਉਮੀਦ ਆ ਤੁਹਾਨੂੰ ਜ਼ਰੂਰ ਪਸੰਦ ਆਵੇਗੀ। ਆਓ ਸ਼ੁਰੂ ਕਰਦੇ ਹਾਂ। ਨਿਰਮਲ ਸਿੰਘ ਇੱਕ ਪੜ੍ਹਿਆ ਲਿਖਿਆ ਸਮਝਦਾਰ ਵਿਅਕਤੀ ਸੀ, ਜਿਸਨੇ MA ਤੱਕ ਪੜ੍ਹਾਈ ਹਾਸਲ ਕੀਤੀ ਹੋਈ ਸੀ। ਘਰ ਦੀਆਂ ਤੰਗੀਆਂ, ਤੁਰਸ਼ੀਆਂ, ਮਜਬੂਰੀਆਂ ਕਾਰਨ ਉਹ ਘਰੋਂ ਬਾਹਰ ਨੌਕਰੀ ਨਹੀਂ ਕਰ ਸਕਿਆ। ਉਸਦੀ ਬਹੁਤ ਇੱਛਾ ਸੀ ਕਿ ਉਹ ਇੱਕ ਵੱਡਾ ਅਫਸਰ ਬਣਨ ਦੀ। ਬਹੁਤ ਟੈਸਟ ਦਿੱਤੇ ਪਰ ਕਿਤੇ ਵੀ ਉਸਦੀ ਸਿਲੈਕਸ਼ਨ ਨਹੀਂ ਹੋਈ। ਆਖਿਰਕਾਰ ਉਹਨਾਂ ਦਾ ਖੇਤੀ ਦਾ ਕਾਰੋਬਾਰ ਸੀ, ਕੰਮ ਸਾਂਭਣਾ ਪਿਆ। 30 ਸਾਲਾਂ ਦਾ ਹੋ ਚੁੱਕਿਆ ਸੀ, ਨਾ ਹੀ ਉਸਨੂੰ ਕੋਈ ਨੌਕਰੀ ਮਿਲੀ ਸੀ, ਨਾ ਹੀ ਉਸਦਾ ਅਜੇ ਕੋਈ ਵਿਆਹ ਦੀ ਗੱਲਬਾਤ ਸ਼ੁਰੂ ਹੋਈ ਸੀ। ਜ਼ਮੀਨ ਜਾਇਦਾਦ ਹੋਣ ਕਾਰਨ ਵਿਆਹ ਤਾਂ ਚਲੋ ਉਸਦਾ ਹੋ ਗਿਆ, ਪਰ ਨੌਕਰੀ ਉਸਨੂੰ ਕੋਈ ਨਹੀਂ ਮਿਲੀ। ਵਿਆਹ ਤੋਂ ਬਾਅਦ ਉਸਦੇ ਘਰ ਇੱਕ ਪੁੱਤਰ ਨੇ ਜਨਮ ਲਿਆ। ਪੁੱਤਰ ਨੂੰ ਉਹ ਬਹੁਤ ਲਾੜ ਚਾਅ ਕਰਦਾ ਸੀ। ਕਦੇ ਆਪਣੇ ਪੁੱਤਰ ਦੇ ਉਸਨੇ ਇੱਕ ਥੱਪੜ ਤੱਕ ਵੀ ਨਹੀਂ ਮਾਰਿਆ, ਨਾ ਕਦੇ ਝਿੜਕਿਆ। ਅਜੇ ਵੱਡਾ ਪੁੱਤਰ 4 ਕੁ ਸਾਲਾਂ ਦਾ ਸੀ ਕਿ ਉਸਦਾ ਇੱਕ ਦੂਜਾ ਪੁੱਤਰ ਵੀ ਹੋ ਗਿਆ। ਨਿਰਮਲ ਸਿੰਘ ਇੰਨਾ ਨਰਮ ਦਿਲ ਇਨਸਾਨ ਸੀ, ਨਾ ਤਾਂ ਕਦੇ ਆਪਣੇ ਬੱਚਿਆਂ ਨੂੰ ਮਾਰਦਾ ਕੁੱਟਦਾ ਸੀ, ਨਾ ਉਹ ਆਪਣੇ ਭਰਾਵਾਂ ਦੇ ਬੱਚਿਆਂ ਨੂੰ ਝਿੜਕਦਾ ਸੀ। ਨਿਰਮਲ ਸਿੰਘ ਦਾ ਵੱਡਾ ਪੁੱਤਰ ਜਿਉਂ ਜਿਉਂ ਵੱਡਾ ਹੁੰਦਾ ਗਿਆ, ਤਿਉਂ ਤਿਉਂ ਉਸਦੀਆਂ ਆਦਤਾਂ ਵਿਗੜਦੀਆਂ ਗਈਆਂ, ਕਿਉਂਕਿ ਨਿਰਮਲ ਸਿੰਘ ਦਾ ਪਿਆਰ ਵਿਗਾੜ ਰਿਹਾ ਸੀ। ਨਿਰਮਲ ਸਿੰਘ ਦੀ ਪਤਨੀ ਆਪਣੇ ਬੱਚੇ ਵੱਡੇ ਨੂੰ ਝਿੜਕਦੀ ਤਾਂ ਅੱਗੋਂ ਉਹ ਆਖ ਦਿੰਦਾ, ਇਹ ਤੁਹਾਡੀ ਮਾਂ ਨਹੀਂ, ਇਹ ਡੈਣਾ। ਨਿਰਮਲ ਸਿੰਘ ਦਾ ਪੁੱਤਰ ਜਦੋਂ +2 ਕਰਨ ਤੋਂ ਬਾਅਦ ਕਾਲਜ ਪੜ੍ਹਨ ਲਈ ਜਾਂਦਾ, ਉੱਥੇ ਹਰ ਰੋਜ਼ ਕੋਈ ਨਾ ਕੋਈ ਲੜਾਈ ਝਗੜਾ ਕਰਕੇ ਹੀ ਘਰ ਵੜਦਾ ਸੀ। ਹੁਣ ਨਿਰਮਲ ਸਿੰਘ ਨੂੰ ਉਸਦੀ ਹਰ ਸਮੇਂ ਚਿੰਤਾ ਵੜਵੜ ਖਾਂਦੀ ਸੀ। ਰਾਤਾਂ ਨੂੰ ਉਸਨੂੰ ਨੀਂਦ ਨਹੀਂ ਆਉਂਦੀ ਸੀ। ਮੈਂ ਇਸ ਲੜਕੇ ਦਾ ਕੀ ਕਰਾਂ ਕੀ ਨਾ ਕਰਾਂ। ਇੱਕ ਦਿਨ ਸ਼ਾਮ ਦਾ ਸਮਾਂ ਸੀ, ਨਿਰਮਲ ਸਿੰਘ ਦੀ ਪਤਨੀ ਰਸੋਈ ਦੇ ਵਿੱਚ ਸਾਗ ਬਣਾਉਣ ਤੋਂ ਬਾਅਦ ਮੱਕੀ ਦੀ ਰੋਟੀ ਬਣਾ ਰਹੀ ਸੀ ਤੇ ਨਿਰਮਲ ਸਿੰਘ ਕੋਲ ਖੜਾ ਲੱਸੀ ਬਣਾਉਣ ਲੱਗਾ। ਲੱਸੀ ਬਣਾ ਹੀ ਰਿਹਾ ਸੀ ਕਿ ਅਚਾਨਕ ਲੈਂਡਲਾਈਨ ਫੋਨ ਤੇ ਕਾਲ ਆ ਗਈ। ਜਿਉਂ ਹੀ ਨਿਰਮਲ ਸਿੰਘ ਨੇ ਫੋਨ ਸੁਣਨ ਲਈ ਰਿਸੀਵਰ ਚੁੱਕਿਆ, ਬਸ ਉਹ ਮੱਥਾ ਫੜ ਕੇ ਰੋਣ ਲੱਗ ਗਿਆ। ਆਪਣੀ ਪਤਨੀ ਨੂੰ ਆਖਣ ਲੱਗਾ ਕਿ ਇਸ ਲੜਕੇ ਨੇ ਤਾਂ ਮੈਨੂੰ ਮਾਰ ਦੇਣਾ, ਸਵੇਰੇ ਮੈਨੂੰ ਥਾਣੇ ਵਿੱਚ ਪੇਸ਼ ਹੋਣਾ ਪੈਣਾ ਆ। ਨਿਰਮਲ ਸਿੰਘ ਦੀ ਪਤਨੀ ਉਸਨੂੰ ਪੁੱਛਣ ਲੱਗੀ, ਮੈਨੂੰ ਗੱਲ ਤਾਂ ਦੱਸੋ ਕੀ ਹੋ ਗਿਆ। ਨਿਰਮਲ ਸਿੰਘ ਰੋਈ ਜਾ ਰਿਹਾ ਸੀ, ਕੋਈ ਗੱਲ ਦੱਸ ਵੀ ਨਹੀਂ ਰਿਹਾ ਸੀ। ਨਿਰਮਲ ਸਿੰਘ ਨੇ ਦੁਬਾਰਾ ਰਿਸੀਵਰ ਉਠਾਇਆ ਤੇ ਆਪਣੇ ਭਰਾਵਾਂ ਨੂੰ ਫੋਨ ਲਗਾਇਆ ਕਿ ਕੱਲ੍ਹ ਨੂੰ ਆਪਾਂ ਨੂੰ ਥਾਣੇ ਜਾਣਾ ਪੈਣਾ ਆ। ਦੀਪੇ ਨੇ ਅੱਜ ਕਿਸੇ ਨਾਲ ਕਾਲਜ ਵਿੱਚ ਲੜਾਈ ਕਰ ਲਈ ਤੇ ਉਸ ਵਿਅਕਤੀ ਨੇ ਥਾਣੇ ਰਿਪੋਰਟ ਦਰਜ ਕਰਾ ਦਿੱਤੀ ਆ ਤੇ ਮੈਨੂੰ ਹੁਣ ਕੱਲ੍ਹ ਨੂੰ ਪੇਸ਼ ਹੋਣਾ ਹੀ ਪੈਣਾ। ਬਸ ਨਿਰਮਲ ਸਿੰਘ ਨੇ ਰੋਟੀ ਖਾਣੀ ਸੀ, ਉਹ ਤਾਂ ਮੰਜੇ 'ਤੇ ਚੁੱਪ ਚਾਪ ਲੇਟ ਗਿਆ। ਅਗਲੇ ਦਿਨ ਬਾਰੇ ਸੋਚਣ ਲੱਗਿਆ, ਪਤਾ ਨਹੀਂ ਮੇਰੇ ਨਾਲ ਕੱਲ੍ਹ ਨੂੰ ਕੀ ਹੋਣਾ ਆ। ਫਿਰ ਨਿਰਮਲ ਸਿੰਘ ਨੇ ਪਿੰਡ ਦੇ ਮੰਨੇ ਪ੍ਰਮੰਨੇ 2 ਵਿਅਕਤੀਆਂ ਨੂੰ ਫੋਨ 'ਤੇ ਗੱਲ ਕੀਤੀ, ਜਿਨ੍ਹਾਂ ਨੂੰ ਉਸਨੇ ਨਾਲ ਲੈ ਕੇ ਜਾਣਾ ਸੀ ਥਾਣੇ। ਨਿਰਮਲ ਸਿੰਘ ਕੋਲ ਕੋਈ ਪੈਸਾ ਨਹੀਂ ਸੀ। ਉਸਨੇ ਉਹੀ ਸਮੇਂ ਆਪਣੇ ਆੜਤੀ ਨੂੰ ਫੋਨ 'ਤੇ ਗੱਲ ਕਰਕੇ ਪੈਸਿਆਂ ਦੀ ਮੰਗ ਕੀਤੀ ਅਤੇ ਕੱਲ੍ਹ ਨੂੰ 50,000 ਰੁਪਈਆ ਦੇ ਦਿਓ। ਪਹਿਲੇ ਦਿਨ ਨਿਰਮਲ ਸਿੰਘ ਆਪਣੇ ਪੁੱਤਰ ਨੂੰ ਨਾਲ ਲੈ ਕੇ, ਆਪਣੇ ਭਰਾ ਭਰਾਵਾਂ ਨੂੰ ਤੇ ਪਿੰਡ ਦੇ ਮੰਨੇ ਪ੍ਰਮੰਨੇ ਵਿਅਕਤੀਆਂ ਨੂੰ ਨਾਲ ਲੈ ਕੇ ਕਿਰਾਏ 'ਤੇ ਗੱਡੀ ਕਰਕੇ ਥਾਣੇ ਚਲੇ ਗਏ। ਜਿਸ ਵਿਅਕਤੀ 'ਤੇ ਉਸਦੇ ਲੜਕੇ ਨੇ ਥੱਪੜ ਮਾਰੇ ਸੀ, ਉਹ ਨਿਰਮਲ ਸਿੰਘ ਦਾ ਖਾਸ ਦੋਸਤ ਹੀ ਸੀ ਜੋ ਕਿ ਇਸ ਨਾਲ ਪੁਰਾਣੇ ਸਮੇਂ ਪੜ੍ਹਦਾ ਰਿਹਾ ਸੀ। ਨਿਰਮਲ ਸਿੰਘ ਨੇ ਉਸ ਵਿਅਕਤੀ ਦੀਆਂ ਮਿੰਨਤਾਂ ਕਰਕੇ ਕੇਸ ਵਾਪਸ ਲਿਆ ਅਤੇ ਉਸ ਵਿਅਕਤੀ ਨੂੰ 30,000 ਰੁਪਏ ਵੀ ਦੇਣੇ ਪਏ ਅਤੇ ਕੁਝ ਪੈਸੇ ਥਾਣੇਦਾਰ ਨੂੰ ਵੀ ਦੇਣੇ ਪਏ। ਘੱਟੋ ਘੱਟ 50,000 ਰੁਪਇਆ ਮਿੰਟਾਂ ਸਕਿੰਟਾਂ ਵਿੱਚ ਹੀ ਨਿਰਮਲ ਸਿੰਘ ਦਾ ਖਰਚ ਹੋ ਗਿਆ। ਨਿਰਮਲ ਸਿੰਘ ਦਾ ਲੜਕਾ ਦੀਪਾ ਹਰ ਰੋਜ਼ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਲੈ ਕੇ ਆਉਂਦਾ ਸੀ। ਉਸਨੇ ਸੋਚਿਆ, ਮੈਂ ਕਿਸੇ ਨਾ ਕਿਸੇ ਤਰੀਕੇ ਇਸ ਨੂੰ ਵਿਦੇਸ਼ ਹੀ ਭੇਜ ਦੇ।
ਨਿਰਮਲ ਸਿੰਘ ਆਪ ਚੰਗੀ ਜ਼ਮੀਨ ਜਾਇਦਾਦ ਦਾ ਮਾਲਕ ਸੀ, ਪਰ ਉਸਦਾ ਪੁੱਤਰ ਗਲਤ ਰਸਤੇ ਤੇ ਤੁਰ ਪਿਆ ਸੀ। ਜਿੰਨੇ ਵੀ ਉਸਦੇ ਦੋਸਤ ਸੀ, ਉਹ ਉਸਦੇ ਪੁੱਤਰ ਨੂੰ ਵਿਗਾੜਨ ਵਿੱਚ ਕੋਈ ਕਸਰ ਨਹੀਂ ਸੀ ਛੱਡੀ। ਉਸਦੇ ਦੋਸਤ ਉਸਨੂੰ ਕਿਤੇ ਨਾ ਕਿਤੇ ਫਸਾਉਣਾ ਚਾਹੁੰਦੇ ਸੀ, ਕਿਸੇ ਉਲਝਣ ਵਿੱਚ ਪਾ ਕੇ ਉਹਨਾਂ ਦੀ ਜਿਹੜੀ ਜਾਇਦਾਦ ਸੀ ਵਕਾ ਦਿੱਤੀ ਜਾਵੇ। ਦੀਪਾ ਜਿੱਥੇ ਵੀ ਗਲਤੀ ਕਰਦਾ ਸੀ, ਨਿਰਮਲ ਸਿੰਘ ਉਸਨੂੰ ਕਿਸੇ ਨਾ ਕਿਸੇ ਤਰੀਕੇ ਬਚਾ ਲੈਂਦਾ ਸੀ। ਦੀਪਾ ਪਹਿਲਾਂ ਆਪਣੇ ਪਿਤਾ ਤੋਂ ਹਰ ਗੱਲ ਦਾ ਉੱਲਾ ਰੱਖਦਾ ਸੀ, ਆਖਰ ਨੂੰ ਗੱਲ ਘੁਮਾ ਘੁਮਾ ਕੇ ਨਿਰਮਲ ਸਿੰਘ ਤੱਕ ਪਹੁੰਚ ਹੀ ਜਾਂਦੀ ਸੀ। ਇੱਕ ਵਾਰੀ ਉਸਦੇ ਕਿਸੇ ਦੋਸਤ ਨੇ ਉਸਨੂੰ ਨਕਲੀ ਨੋਟਾਂ ਦੇ ਝੰਬੇਲੇ ਵਿੱਚ ਪਾ ਕੇ ਫਸਾਉਣ ਦਾ ਤਰੀਕਾ ਲੱਭਿਆ। ਉਸਦੇ ਕਿਸੇ ਨਜ਼ਦੀਕੀ ਦੋਸਤ ਨੇ ਉਸਨੂੰ 30,000 ਰੁਪਇਆ ਦੇ ਦਿੱਤਾ। ਉਸਨੇ ਕਿਹਾ ਕਿ ਮੈਨੂੰ ਨਕਲੀ ਨੋਟ ਲਿਆ ਕੇ ਦੇ ਦੇ। ਉਸਨੇ ਉਸਨੂੰ ਨਕਲੀ ਨੋਟ ਤਾਂ ਦਿੱਤੇ ਹੀ ਨਹੀਂ, ਸਗੋਂ 30,000 ਰੁਪਇਆ ਵੀ ਉਸਦਾ ਉਸਨੇ ਹੜੱਪਣ ਬਾਰੇ ਸੋਚਿਆ। ਆਖਿਰਕਾਰ ਉਹ ਲੜਕੇ ਉਸਦੇ ਪਿਤਾ ਨਿਰਮਲ ਸਿੰਘ ਕੋਲ ਆ ਗਏ ਕਿ ਸਾਡੇ ਪੁੱਤਰ 30,000 ਰੁਪਇਆ ਸਾਨੂੰ ਵਾਪਸ ਨਹੀਂ ਦੇ ਰਿਹਾ, ਅਸੀਂ ਇਸ ਨੂੰ ਨਕਲੀ ਨੋਟ ਲੈਣ ਲਈ ਦਿੱਤੇ ਸੀ। ਦੀਪਾ ਆਪਣੇ ਪਿਤਾ ਨੂੰ ਆਖਣ ਲੱਗਾ ਕਿ ਪਿਤਾ ਜੀ, ਮੈਨੂੰ ਇਹ ਫਸਾਉਣਾ ਚਾਹੁੰਦੇ ਸੀ, ਇਸ ਕਰਕੇ ਮੈਂ ਇਹਨਾਂ ਦਾ 30,000 ਰੁਪਇਆ ਵੀ ਹੁਣ ਵਾਪਸ ਨਹੀਂ ਕਰੂੰਗਾ। ਪਰ ਨਿਰਮਲ ਸਿੰਘ ਨੇ ਉਹਨਾਂ ਮੁੰਡਿਆਂ ਨੂੰ ਇਹ ਕਹਿ ਕੇ ਭੇਜ ਦਿੱਤਾ ਕਿ ਕੋਈ ਨਾ, ਮੈਂ ਤੁਹਾਡੇ ਪੈਸੇ ਵਾਪਸ ਕਰਾ ਦੇਵਾਂਗਾ। ਪਰ ਦੀਪੇ ਦੀ ਮਾਂ ਨੇ ਆਖਿਆ ਕਿ ਉਹ ਲੜਕਿਆਂ ਨੂੰ ਮੇਰੇ ਸਾਹਮਣੇ ਲਿਆਓ, ਮੈਂ ਉਹਨਾਂ ਨੂੰ ਪੁੱਛਾਂ ਕਿ ਤੁਸੀਂ ਜਦੋਂ ਇਸ ਨੂੰ ਪੈਸੇ ਦਿੱਤੇ ਸੀ ਕਿ ਉਹਨਾਂ ਨੂੰ ਪੁੱਛ ਕੇ ਦਿੱਤੇ ਸੀ। ਇਸ ਤਰ੍ਹਾਂ ਦੀਆਂ ਨਿੱਤ ਨਵੀਂ ਕੋਈ ਨਾ ਕੋਈ ਘਟਨਾ ਵਾਪਰਦੀ ਰਹਿੰਦੀ ਸੀ, ਜਿਸ ਕਾਰਨ ਨਿਰਮਲ ਸਿੰਘ ਬਹੁਤ ਜ਼ਿਆਦਾ ਆਪਣੇ ਪੁੱਤਰ ਤੋਂ ਦੁਖੀ ਹੋ ਚੁੱਕਿਆ ਸੀ। ਨਿਰਮਲ ਸਿੰਘ ਨੇ ਆਪਣੇ ਵਿਦੇਸ਼ ਗਏ ਸਾਲੀ ਨੂੰ ਹਰ ਰੋਜ਼ ਫੋਨ ਤੇ ਗੱਲ ਕਰਕੇ ਆਖਣਾ ਕਿ ਮੇਰਾ ਇਸ ਤੋਂ ਖਹਿੜਾ ਛੁਡਵਾ ਦੇ, ਇਹਨੂੰ ਆਪਣੇ ਕੋਲ ਬੁਲਾ ਲਾ, ਭਾਵੇਂ ਰਸਤੇ ਵਿੱਚ ਹੀ ਕਿਤੇ ਮਰ ਜਾਵੇ, ਮੈਂ ਇਸ ਤੋਂ ਬਹੁਤ ਪਰੇਸ਼ਾਨ ਹੋ ਚੁੱਕੇ ਹਾਂ। ਨਿਰਮਲ ਸਿੰਘ ਨੇ ਕਈ ਵਾਰ ਆਖਣਾ ਕਿ ਇਸ ਤੋਂ ਚੰਗਾ ਹੁੰਦਾ ਰਮ ਮੈਨੂੰ ਕੁੜੀ ਹੀ ਦੇ ਦਿੰਦਾ, ਮੈਂ ਕੁੜੀ ਨੂੰ ਵਿਆਹ ਕੇ ਅੱਜ ਵਿਹਲਾ ਹੋਣਾ ਸੀ, ਮੈਨੂੰ ਤਾਂ ਇਸਨੇ ਜੀਣਾ ਹਰਾਮ ਕਰ ਦਿੱਤਾ। ਮੇਰੀ ਰਾਤਾਂ ਦੀ ਨੀਂਦ ਖੋਹ ਲਈ। ਜਦੋਂ ਦੀਪਾ ਛੋਟਾ ਸੀ ਉਦੋਂ ਉਸਦੀ ਮਾਂ ਉਸਨੂੰ ਬਹੁਤ ਝਿੜਕਦੀ ਸੀ ਪਰ ਉਸਨੂੰ ਸਮਝਾਉਂਦੀ ਸੀ, ਪਰ ਉਸਦਾ ਪਿਤਾ ਉਸਦੀ ਹਮੇਸ਼ਾ ਗਲਤੀ ਵੀ ਅਣਸੁਣੀ ਤੇ ਅਣਦੇਖੀ ਕਰ ਦਿੰਦਾ ਸੀ, ਜਿਸ ਕਾਰਨ ਉਸਦਾ ਹੌਸਲਾ ਦਿਨ ਪ੍ਰਤੀ ਦਿਨ ਵੱਧਦਾ ਗਿਆ ਤੇ ਉਹ ਵਿਗੜਦਾ ਗਿਆ। ਕੁਝ ਕੁ ਗਲਤੀਆਂ ਨਿਰਮਲ ਸਿੰਘ ਖੁਦ ਵੀ ਕਰਦਾ ਸੀ ਜੋ ਆਪਣੇ ਪਿਤਾ ਨੂੰ ਵੇਖਦਾ ਰਹਿੰਦਾ ਸੀ। ਨਿਰਮਲ ਸਿੰਘ ਰਾਤ ਦੇਰ ਤੱਕ ਬਾਹਰ ਸ਼ਹਿਰ ਵਿੱਚ ਫਿਰਦਾ ਰਹਿੰਦਾ। ਉਸਨੇ ਆਪਣੇ ਪੁੱਤਰ ਨੂੰ ਕਦੇ ਚੰਗੇ ਕੰਮ ਵੱਲ ਪ੍ਰੇਰਿਤ ਹੀ ਨਹੀਂ ਕੀਤਾ। ਜਦੋਂ ਉਹ ਠੇਕੇ ਤੇ ਸ਼ਰਾਬ ਲੈਣ ਜਾਂਦਾ, ਉਸਨੂੰ ਆਪਣੇ ਨਾਲ ਲੈ ਕੇ ਜਾਂਦਾ। ਕਈ ਵਾਰ ਤਾਂ ਉਹ ਆਪਣੇ ਲੜਕੇ ਤੋਂ ਹੀ ਸ਼ਰਾਬ ਦੀ ਬੋਤਲ ਮੰਗਵਾ ਲੈਂਦਾ ਸੀ ਜਦੋਂ ਉਹ ਬੱਚਾ ਸੀ। ਉਹ ਪੈਸੇ ਬਚਣੇ ਉਹ ਉਸਨੂੰ ਖਰਚ ਲਈ ਦੇ ਦੇਣੇ, ਇਸ ਤਰ੍ਹਾਂ ਉਸਨੂੰ ਵੀ ਲਾਲਚ ਹੁੰਦਾ ਗਿਆ। ਉਹ ਆਪਣੇ ਪਿਤਾ ਦੀਆਂ ਗਲਤੀਆਂ ਵਿੱਚ ਵੀ ਸਾਹ ਦਿੰਦਾ ਰਿਹਾ ਤੇ ਆਪ ਹੀ ਗਲਤ ਹੁੰਦਾ ਰਿਹਾ। ਨਿਰਮਲ ਸਿੰਘ ਦੀ ਪਤਨੀ ਉਸਨੂੰ ਬਹੁਤ ਸਮਝਾਉਂਦੀ ਸੀ। ਉਹ ਆਪਣੇ ਪਤੀ ਨਾਲ ਵੀ ਇਸ ਗੱਲ ਪਿੱਛੇ ਲੜਦੀ ਹੁੰਦੀ ਸੀ, ਪਰ ਨਿਰਮਲ ਸਿੰਘ ਆਪਣੀ ਪਤਨੀ ਦੀ ਗੱਲ ਬਿਲਕੁਲ ਨਹੀਂ ਸੁਣਦਾ ਸੀ। ਨਿਰਮਲ ਸਿੰਘ ਦੀ ਪਤਨੀ ਤਾਂ ਇੱਥੋਂ ਤੱਕ ਵੀ ਆਖ ਦਿੰਦੀ ਸੀ ਕਿ ਜਿਸ ਦਿਨ ਇਹ ਵਿਗੜ ਜਾਵੇਗਾ ਫਿਰ ਤੂੰ ਹੀ ਬੈਠਾ ਰੋਵੇਗਾ। ਆਖਿਰਕਾਰ ਇੱਕ ਦਿਨ ਉਹੀ ਗੱਲਾਂ ਹੋ ਰਹੀਆਂ ਸਨ ਜੋ ਉਸਦੀ ਪਤਨੀ ਉਸਨੂੰ ਕਹਿੰਦੀ ਹੁੰਦੀ ਸੀ। ਨਿਰਮਲ ਸਿੰਘ ਦੀ ਪਤਨੀ ਆਪਣੇ ਪੁੱਤਰ ਨੂੰ ਬਸ ਪੜ੍ਹਾਉਣਾ ਚਾਹੁੰਦੀ ਸੀ, ਪਰ ਉਸਦੀਆਂ ਆਦਤਾਂ ਉਸਦੇ ਪਿਤਾ ਨੇ ਵਿਗਾੜ ਦਿੱਤੀਆਂ ਸਨ, ਜਿਸ ਕਾਰਨ ਨਿਰਮਲ ਸਿੰਘ ਦੀ ਪਤਨੀ ਤਾਂ ਸ਼ੁਰੂ ਤੋਂ ਹੀ ਪਰੇਸ਼ਾਨ ਰਹਿੰਦੀ ਸੀ। ਪਰ ਹੁਣ ਨਿਰਮਲ ਸਿੰਘ ਵੀ ਪਰੇਸ਼ਾਨ ਰਹਿਣ ਲੱਗ ਪਿਆ ਸੀ ਜਦੋਂ ਪਾਣੀ ਹੱਦੋਂ ਟੱਪ ਜਾਂਦਾ ਹੈ। ਕਈ ਵਾਰੀ ਨਿਰਮਲ ਸਿੰਘ ਆਪਣੇ ਪੁੱਤਰ ਨੂੰ ਇੱਥੋਂ ਤੱਕ ਆਖ ਦਿੰਦਾ ਸੀ ਕਿ ਆਪਣਾ ਸਮਾਨ ਚੁੱਕ ਕੇ ਘਰੋਂ ਬਾਹਰ ਚਲਾ ਜਾ, ਪਰ ਉਸ ਸਮੇਂ ਨਿਰਮਲ ਸਿੰਘ ਦੀ ਪਤਨੀ ਆਪਣੇ ਪੁੱਤਰ ਨੂੰ ਘਰੋਂ ਬਾਹਰ ਜਾਣ ਨਹੀਂ ਦਿੰਦੀ ਸੀ। ਉਸਨੂੰ ਪਤਾ ਸੀ ਇਹ ਘਰੋਂ ਬਾਹਰ ਰਹਿ ਕੇ ਹੋਰ ਵਿਗੜ ਜਾਵੇਗਾ। ਨਿਰਮਲ ਸਿੰਘ ਦੀ ਪਤਨੀ ਆਪਣੇ ਪੁੱਤਰ ਨੂੰ ਬਹੁਤ ਪਿਆਰ ਨਾਲ ਸਮਝਾਉਣ ਦੀ ਕੋਸ਼ਿਸ਼ ਕਰਦੀ, ਪਰ ਉਹ ਆਪਣੀ ਮਾਂ ਦੀ ਕੋਈ ਗੱਲ ਨਾ ਸੁਣਦਾ।
ਜਦੋਂ ਨਿਰਮਲ ਸਿੰਘ ਦਾ ਪੁੱਤਰ ਬਾਗੀ ਹੋ ਗਿਆ, ਉਸ ਦੇ ਕਹਿਣੇ ਤੋਂ ਵੀ ਬਾਹਰ ਹੋ ਗਿਆ। ਹੁਣ ਨਿਰਮਲ ਸਿੰਘ ਦੀ ਰਾਤਾਂ ਦੀ ਨੀਂਦ ਖਰਾਬ ਹੋ ਚੁੱਕੀ ਸੀ। ਉਸਨੇ ਕਈ ਕੰਮਾਂ ਵਿੱਚ ਆਪਣੇ ਪੁੱਤਰ ਨੂੰ ਲਾ ਕੇ ਵੇਖ ਲਿਆ, ਪਰ ਉਹ ਕਿਸੇ ਕੰਮ ਵਿੱਚ ਟਿਕ ਨਹੀਂ ਰਿਹਾ ਸੀ। ਉਸਦੇ ਦੋਸਤ ਮਿੱਤਰ ਉੱਥੇ ਹੀ ਉਸ ਕੋਲ ਪਹੁੰਚ ਜਾਂਦੇ ਸਨ ਤੇ ਥੋੜੇ ਦਿਨਾਂ ਬਾਅਦ ਉਹ ਕੰਮ ਨੂੰ ਛੱਡ ਦਿੰਦਾ ਸੀ। ਬਸ ਹੁਣ ਨਿਰਮਲ ਸਿੰਘ ਇਹ ਸੋਚਦਾ ਸੀ ਕਿ ਕਿਸੇ ਨਾ ਕਿਸੇ ਤਰੀਕੇ ਮੈਂ ਆਪਣੇ ਪੁੱਤਰ ਨੂੰ ਇੱਥੋਂ ਵਿਦੇਸ਼ ਭੇਜ ਦੇਵਾਂ ਤਾਂ ਜੋ ਸੁੱਖ ਦੀ ਨੀਂਦ ਸੌਂ ਸਕੇ। ਨੀਂਦ ਗੁੰਮ ਹੋ ਗਈ। ਨਿਰਮਲ ਸਿੰਘ ਨੇ ਆਪਣੇ ਪੁੱਤਰ ਨੂੰ ਵਿਦੇਸ਼ ਭੇਜਣ ਲਈ ਸਭ ਤੋਂ ਪਹਿਲਾਂ ਤਾਂ ਉਸਦਾ ਪਾਸਪੋਰਟ ਬਣਾਉਣਾ ਸ਼ੁਰੂ ਕੀਤਾ। 2 ਮਹੀਨੇ ਵਿੱਚ ਦੀਪੇ ਦਾ ਪਾਸਪੋਰਟ ਬਣ ਕੇ ਆ ਗਿਆ ਤੇ ਉਸਦੇ ਪਿਤਾ ਨੇ ਆਪਣੇ ਰਿਸ਼ਤੇਦਾਰ ਨਾਲ ਉਸਨੂੰ ਭੇਜਣ ਸੰਬੰਧੀ ਗੱਲ ਕੀਤੀ। ਸਹੀ ਤਰੀਕੇ ਨਾਲ ਉਸਨੇ ਵੀ ਕੋਈ ਲੜ ਨਹੀਂ ਫੜਾਇਆ। ਨਿਰਮਲ ਸਿੰਘ ਦੇ ਸਾਲੇ ਨੇ ਉਸਨੂੰ ਆਖਿਆ ਕਿ ਅਸੀਂ ਇਸਨੂੰ 2 ਨੰਬਰ ਵਿੱਚ ਹੀ ਮੰਗਵਾ ਸਕਦੇ ਹਾਂ ਆਪਣੇ ਕੋਲ। ਜੇ ਤੁਸੀਂ ਕਿਸੇ ਏਜੰਟ ਰਾਹੀਂ ਫਰਾਂਸ ਦਾ ਵੀਜ਼ਾ ਲੈਣ ਦੇ ਸੰਬੰਧਿਤ ਏਜੰਟ ਨਾਲ ਗੱਲ ਕਰ ਲਓ, ਕਿਸ ਤਰੀਕੇ ਨਾਲ ਇਹ ਫਰਾਂਸ ਜਾ ਸਕਦਾ ਹੈ। ਨਿਰਮਲ ਸਿੰਘ ਅਜੇ ਕੁਝ ਸੋਚ ਹੀ ਰਿਹਾ ਸੀ ਕਿ ਉਸੇ ਸਾਲੇ ਨੇ ਇੱਕ ਏਜੰਟ ਬਾਰੇ ਦੱਸ ਦਿੱਤਾ। ਨਿਰਮਲ ਸਿੰਘ ਨੇ ਏਜੰਟ ਨਾਲ ਜਦੋਂ ਗੱਲ ਕੀਤੀ ਤਾਂ ਏਜੰਟ ਨੇ 5 ਲੱਖ ਰੁਪਇਆ ਐਡਵਾਂਸ ਮੰਗਿਆ। ਨਿਰਮਲ ਸਿੰਘ ਆਪ ਤਾਂ ਪ੍ਰਾਈਵੇਟ ਨੌਕਰੀ ਕਰਦਾ ਸੀ, ਪਰ ਇੰਨਾ ਪੈਸਾ ਉਸ ਕੋਲ ਨਹੀਂ ਸੀ। ਉਸਨੇ ਉਸ ਆੜਤੀਏ ਤੋਂ ਪੈਸਾ ਲਿਆ ਜਿਸ ਕੋਲ ਉਹਨਾਂ ਦੀ ਫਸਲ ਜਾਂਦੀ ਸੀ। ਨਿਰਮਲ ਸਿੰਘ ਸੋਚਣ ਲੱਗਾ, ਚਲੋ ਮੇਰਾ ਪੁੱਤ ਸੈੱਟ ਹੋ ਜਾਵੇਗਾ, ਮਾੜੀ ਸੰਗਤ ਤੋਂ ਬਚ ਜਾਵੇਗਾ, ਤੇ ਜੇ 5 ਲੱਖ ਰੁਪਏ ਤਾਂ ਕੋਈ ਵੱਡੀ ਗੱਲ ਨਹੀਂ ਆ। ਇਸ ਲਈ ਉਸਨੇ ਅਗਲੇ ਦਿਨ ਹੀ ਏਜੰਟ ਨੂੰ 5 ਲੱਖ ਰੁਪਇਆ ਦੇ ਦਿੱਤਾ। ਹਫ਼ਤੇ 10 ਦਿਨ ਦੇ ਵਿੱਚ ਏਜੰਟ ਨੇ ਅਫਰੀਕਾ ਦਾ ਵੀਜ਼ਾ ਲਵਾ ਦਿੱਤਾ ਤੇ ਉਹਨਾਂ ਨੂੰ ਇਹ ਆਖਿਆ ਕਿ ਪਹਿਲਾਂ ਹੀ ਅਫਰੀਕਾ ਜਾਵੇਗਾ, ਫਿਰ ਇਹ ਅਫਰੀਕਾ ਤੋਂ ਇਟਲੀ ਤੇ ਫਰਾਂਸ ਜਾਵੇਗਾ। ਨਿਰਮਲ ਸਿੰਘ ਨੂੰ ਕੀ ਪਤਾ ਸੀ ਕਿ ਰਸਤਾ ਸ਼ਰੇਆਮ ਗਲਤ ਸੀ। 1 ਨੰਬਰ ਦੇ ਵਿੱਚ ਇਹ ਬੱਚਾ ਭੇਜਣਾ ਸਹੀ ਹੁੰਦਾ ਹੈ। ਜਿਸ ਦਿਨ ਦੀਪੇ ਦਾ ਵੀਜ਼ਾ ਆਇਆ, ਉਸ ਦਿਨ ਏਜੰਟ ਨੇ 2 ਲੱਖ ਦੀ ਹੋਰ ਮੰਗ ਕਰ ਲਈ ਕਿ ਅਸੀਂ ਟਿਕਟ ਵਗੈਰਾ ਬਣਵਾਉਣੀ ਆ ਤੇ ਸਾਨੂੰ 2 ਲੱਖ ਇਸੇ ਸਮੇਂ ਸਾਡੇ ਖਾਤੇ 'ਚ ਪਾ ਦਿਓ। ਨਿਰਮਲ ਸਿੰਘ ਨੇ ਆੜਤੀ ਤੋਂ 2 ਲੱਖ 20 ਰੁਪਏ ਲੈ ਲਏ। ਚਲੋ ਮੇਰਾ ਪੁੱਤ ਬਾਹਰਲੇ ਦੇਸ਼ ਚੱਲਿਆ ਹੈ, ਉਸਦੀ ਟਿਕਟ ਉੱਪਰ ਵੀ ਲੱਗ ਜਾਣੇ ਹਨ। ਬੜੇ ਚਾਵਾਂ ਨਾਲ ਪੁੱਤਰ ਨੂੰ ਵਿਦੇਸ਼ ਭੇਜਣ ਦੀ ਤਿਆਰੀ ਕੀਤੀ। ਮਾਂ ਨੇ ਉਸਦੇ ਵਧੀਆ ਵਧੀਆ ਕੱਪੜੇ ਪ੍ਰੈਸ ਕਰੇ ਤੇ ਹੋਰ ਲੋੜੀਂਦੀਆਂ ਚੀਜ਼ਾਂ ਉਸਨੂੰ ਚਾਹੀਦੀਆਂ ਸੀ ਉਸਦੇ ਪਿਤਾ ਨੇ ਉਸਨੂੰ ਲੈ ਕੇ ਦਿੱਤੀਆਂ। ਉਸਦਾ ਪਿਤਾ ਉਸਨੂੰ ਦਿੱਲੀ ਏਅਰਪੋਰਟ ਤੇ ਛੁਡਾਉਣ ਚਲੇ ਗਏ। ਜਿਸ ਏਜੰਟ ਨੇ ਕੰਮ ਕਰਾਇਆ ਸੀ ਉਸਦੇ 2 ਪੁੱਤਰ ਅਫਰੀਕਾ ਵਿੱਚ ਰਹਿੰਦੇ ਸੀ। ਅਫਰੀਕਾ ਪਹੁੰਚਣਾ ਸੀ ਨਿਰਮਲ ਸਿੰਘ ਦੇ ਬੱਚੇ ਨੇ। ਸਵੇਰੇ 2 ਵਜੇ ਨਿਰਮਲ ਸਿੰਘ ਦੇ ਪੁੱਤਰ ਦੀਪੇ ਦੀ ਫਲਾਈਟ ਸੀ। ਅਗਲੇ ਦਿਨ ਉਹ ਸਵੇਰੇ 10 ਵਜੇ ਦੇ ਕਰੀਬ ਅਫਰੀਕਾ ਵਿੱਚ ਪਹੁੰਚ ਗਿਆ। ਉਸ ਏਜੰਟ ਦੇ ਲੜਕਿਆਂ ਨੇ ਆਖਿਆ ਕਿ ਉਹ ਹੁਣ ਹਫ਼ਤੇ ਤੱਕ ਇਸ ਨੂੰ ਅੱਗੇ ਇਟਲੀ ਭੇਜ ਦੇਣਗੇ। ਉਹ 1 ਹਫ਼ਤੇ ਦੀ ਗੱਲ ਕਰਦੇ ਸੀ, ਪਰ ਇਸੇ ਤਰ੍ਹਾਂ 4 ਮਹੀਨੇ ਗੁਜ਼ਰ ਗਏ। ਉਹਨਾਂ ਨੇ ਅਫਰੀਕਾ ਤੋਂ ਉਹਨਾਂ ਨੂੰ ਅੱਗੇ ਨਹੀਂ ਭੇਜਿਆ। ਉੱਥੇ ਉਹ ਤੰਗੀਆਂ ਤੁਰਸ਼ੀਆਂ ਨਾਲ ਆਪਣਾ ਗੁਜ਼ਾਰਾ ਕਰਦੇ। ਉਹ 4 ਮਹੀਨੇ ਨਿਰਮਲ ਸਿੰਘ ਨੇ ਹਰ ਰੋਜ਼ ਜਾਗ ਜਾਗ ਕੇ ਲੰਘਾਈ। ਰਾਤ ਨੂੰ ਕਦੇ 1 ਵਜੇ ਕਦੇ 2 ਵਜੇ ਉਸਦੇ ਪੁੱਤਰ ਨੇ ਫੋਨ ਕਰ ਦੇਣਾ। ਉਸ ਸਮੇਂ ਲੈਂਡਲਾਈਨ ਨੰਬਰ ਸੀ, ਉਸਦੇ ਬਾਹਰਲੇ ਦੇਸ਼ ਨੂੰ ਫੋਨ ਨਹੀਂ ਕਰ ਸਕਦਾ ਸੀ ਤੇ ਨਿਰਮਲ ਸਿੰਘ ਨੇ ਰਾਤ ਨੂੰ ਉੱਠ ਕੇ ਐਸਿਡਿਟੀ ਤੇ ਜਾ ਕੇ ਕਾਲ ਕਰਨਾ, ਆਪਣੇ ਪੁੱਤਰ ਨਾਲ ਗੱਲਾਂ ਕਰਨੀਆਂ ਤੇ ਉਸਨੂੰ ਤਸੱਲੀਆਂ ਦੇਣੀਆਂ। ਪੁੱਤਰ ਨੇ ਬਹੁਤ ਰੋਣਾ, ਡੈਡੀ ਮੈਨੂੰ ਵਾਪਸ ਇੰਡੀਆ ਬੁਲਾ ਲਓ, ਮੈਂ ਇੱਥੇ ਬਹੁਤ ਪਰੇਸ਼ਾਨ ਹਾਂ, ਖਾਣ ਨੂੰ ਰੋਟੀ ਵੀ ਪੂਰੀ ਨਹੀਂ ਮਿਲਦੀ ਸੀ। ਕੋਈ ਦਿਨ ਅਜਿਹਾ ਨਹੀਂ ਸੀ ਜਿਸ ਦਿਨ ਰਾਤ ਨੂੰ ਉੱਠ ਕੇ ਨਿਰਮਲ ਸਿੰਘ ਨੂੰ ਐਸਟੀਡੀ ਤੇ ਜਾ ਕੇ ਕਾਲ ਨਹੀਂ ਕਰਨਾ ਪੈਂਦਾ ਸੀ। ਨੀਂਦ ਗੁੰਮ ਹੋ ਗਈ। ਦੀਪੇ ਦੇ ਏਜੰਟ ਨੇ ਦੀਪੇ ਦਾ ਪਾਸਪੋਰਟ ਤੇ ਇਟਲੀ ਦਾ ਵੀਜ਼ਾ ਲਗਵਾਉਣ ਲਈ ਜੁਗਾਡਾ ਤੋਂ ਪਹਿਲਾਂ ਮੈਡਾਗਾਸਕਰ ਭੇਜ ਦਿੱਤਾ। ਮੈਡਾਗਾਸਕਰ ਉਹ ਸਹੀ ਸਲਾਮਤ ਉਤਰ ਗਿਆ। ਮੈਡਾਗਾਸਕਰ ਤੋਂ ਅੱਗੇ ਉਸਦੀ ਇਟਲੀ ਦੀ ਫਲਾਈਟ ਸੀ। ਜਦੋਂ ਉਹ ਇਟਲੀ ਦੀ ਫਲਾਈਟ ਵਿੱਚ ਲਾਈਨ ਵਿੱਚ ਲੱਗਿਆ, ਅੰਦਰ ਇਮੀਗ੍ਰੇਸ਼ਨ ਵਾਲਿਆਂ ਨੇ ਉਸਦੇ ਪਾਸਪੋਰਟ ਨੂੰ ਜ਼ਬਤ ਕਰ ਲਿਆ।
ਉਸ ਦੇ ਪਾਸਪੋਰਟ 'ਤੇ ਏਸ਼ੀਆ ਨੇ ਜਾਅਲੀ ਵੀਜ਼ਾ ਲਗਵਾਇਆ ਹੋਇਆ ਸੀ। ਉੱਥੇ ਉਸ ਨੂੰ ਇੱਕ ਹਫ਼ਤਾ ਏਅਰਪੋਰਟ 'ਤੇ ਰੱਖਿਆ ਗਿਆ, ਵਾਪਸ ਇੰਡੀਆ ਭੇਜਣਾ ਸੀ, ਪਰ ਉਸ ਤੋਂ ਪਹਿਲਾਂ ਉਹਨਾਂ ਨੇ ਉਸ ਨੂੰ ਜੇਲ੍ਹ ਭੇਜ ਦਿੱਤਾ। ਉਧਰ ਜਦੋਂ ਦੀਪੀ ਦੇ ਪਿਤਾ ਨੂੰ ਪਤਾ ਲੱਗਿਆ ਕਿ ਹੁਣ ਉਸਦਾ ਪੁੱਤਰ ਜੇਲ੍ਹ ਵਿੱਚ ਆ, ਏਸ਼ੀਆ ਨੇ ਤਾਂ ਉਸ ਨੂੰ ਕੁਛ ਵੀ ਨਹੀਂ ਦੱਸਿਆ ਸੀ। ਦੀਪੀ ਨੇ ਹੀ ਕਿਸੇ ਦੇ ਫੋਨ ਤੋਂ ਉਹ ਆਪਣੀ ਡੈਡੀ ਨੂੰ ਫੋਨ ਕਰ ਦਿੱਤਾ ਸੀ। ਬਸ ਹੁਣ ਤਾਂ ਉਸਦੇ ਪਿਤਾ ਨੂੰ ਹੱਥਾਂ ਪੈਰਾਂ ਦੀ ਪੈ ਗਈ ਸੀ। ਉਹ 24 ਘੰਟੇ ਆਪਣੇ ਪੁੱਤਰ ਨੂੰ ਕਾਲ ਕਰਦਾ ਰਹਿੰਦਾ ਸੀ। ਦੀਪੀ ਨੇ ਆਪਣੇ ਪਿਤਾ ਨੂੰ ਦੱਸਣਾ ਕਿ ਡੈਡੀ ਜੀ, ਇੱਥੇ ਤਾਂ ਖਾਣ ਲਈ ਜੋ ਮਿਲਦਾ ਹੈ ਨਾਲ ਦੇ ਸਾਥੀ ਉਹ ਵੀ ਖੋ ਕੇ ਖਾ ਜਾਂਦੇ ਹਨ, ਕਿਉਂਕਿ ਅਫਰੀਕਾ ਦੀ ਜੇਲ੍ਹ ਮੈਨੂੰ ਨਰਕ ਤੋਂ ਵੀ ਭੈੜੀ ਲੱਗਦੀ ਆ। ਡੈਡੀ ਜੀ, ਇੱਥੇ ਤਾਂ ਐਡੀਆਂ ਵੱਡੀਆਂ ਮੋਟੀਆਂ ਜੂਆਂ ਸਾਰੀ ਜੇਲ੍ਹ ਵਿੱਚ ਫਿਰ ਰਹੀਆਂ ਹਨ, ਮੇਰੇ ਤਾਂ ਸਾਰੇ ਪਿੰਡੇ 'ਤੇ ਜੂਆਂ ਹਨ, ਜਿਵੇਂ ਮੋਟੇ ਮੋਟੇ ਖਟਮਲ ਹੁੰਦੇ ਹਨ। ਹੁਣ ਲਗਭਗ ਦੀਪੇ ਨੂੰ ਘਰ ਤੋਂ ਗਏ 6 ਮਹੀਨੇ ਹੋ ਚੁੱਕੇ ਸੀ। ਬਸ ਹੁਣ ਇੱਕ ਉਸ ਵਿੱਚ ਸਾਹ 7 ਹੀ ਚੱਲ ਰਹੇ ਸਨ, ਸਰੀਰ ਦੀ ਬਹੁਤ ਬੁਰੀ ਹਾਲਤ ਹੋ ਗਈ ਸੀ। ਦੀਪੇ ਦੇ ਪਿਤਾ ਜਦੋਂ ਆਪਣੇ ਪੁੱਤਰ ਦੀ ਹਾਲਤ ਬਾਰੇ ਸੁਣਦਾ ਤਾਂ ਉਹ ਸਾਰੀ ਸਾਰੀ ਰਾਤ ਅਨਿੰਦਰਾ ਰਹਿੰਦਾ, ਉਸ ਨੂੰ ਨੀਂਦ ਨਾ ਆਉਂਦੀ। ਦਿਨ ਵਿੱਚ ਸਾਰਾ ਦਿਨ ਉਹ ਸ਼ਰਾਬ ਪੀਂਦਾ ਰਹਿੰਦਾ। ਉਸਦੇ ਪਿਤਾ ਨੇ ਏਜੰਟ ਦੀ ਬੜੀ ਲਾਪਾ ਕੀਤੀ। ਉਸਨੇ ਇਹ ਵੀ ਆਖਿਆ ਕਿ ਮੇਰੇ ਪੁੱਤਰ ਨੂੰ ਛੇਤੀ ਤੋਂ ਛੇਤੀ ਜੇਲ੍ਹ ਤੋਂ ਛੁਡਵਾ ਦਿੱਤਾ ਜਾਵੇ, ਨਹੀਂ ਮੈਂ ਇੰਡੀਆ ਵਿੱਚ ਤੁਹਾਡੇ ਸਾਰੇ ਪਰਿਵਾਰ ਨੂੰ ਅੰਦਰ ਕਰਾ ਦੇਵਾਂਗਾ, ਤੁਹਾਡੇ ਤੇ ਕੇਸ ਪਾ ਕੇ। ਜਦੋਂ ਦੀਪੇ ਦੇ ਪਿਤਾ ਨੇ ਏਜੰਟ ਨੂੰ ਸਖਤੀ ਨਾਲ ਚੇਤਾਵਨੀ ਦਿੱਤੀ ਕਿ ਮੇਰੇ ਪੁੱਤਰ ਨੂੰ ਜਲਦੀ ਤੋਂ ਜਲਦੀ ਇੰਡੀਆ ਵਾਪਸ ਭੇਜ ਦਿਓ, ਨਹੀਂ ਫਿਰ ਮੈਂ ਜੋ ਮੇਰੇ ਕੋਲੋਂ ਹੋਇਆ ਮੈਂ ਉਹ ਕਰਾਂਗਾ। ਇੱਕ ਹਫ਼ਤੇ ਤੋਂ ਬਾਅਦ ਦੀਪਾ ਅਫਰੀਕਨ ਜੇਲ੍ਹ ਤੋਂ ਛੁੱਟ ਜਾਂਦਾ ਹੈ ਅਤੇ ਉਸਨੂੰ ਇੰਡੀਆ ਵਾਪਸ ਭੇਜ ਦਿੱਤਾ ਜਾਂਦਾ ਹੈ। ਹੁਣ ਜਦੋਂ ਇੰਡੀਆ ਵਾਪਸ ਏਅਰਪੋਰਟ 'ਤੇ ਉਤਰਦਾ ਹੈ ਤਾਂ ਉੱਥੇ ਉਸਦੀ ਫਲਾਈਟ ਏਅਰ ਹੋਸਟਿਸ ਇਮੀਗ੍ਰੇਸ਼ਨ ਡਿਪਾਰਟਮੈਂਟ ਵਿੱਚ ਫੜਾਉਣ ਤੋਂ ਪਹਿਲਾਂ ਦੀਪੇ ਨੂੰ ਪੁੱਛ ਲੈਂਦੀ ਆ ਕਿ ਜੇ ਦੀਪੇ ਮੈਂ ਤੇਰੀ ਇਹ ਫਲਾਈਟ ਇੱਥੇ ਜਮ੍ਹਾਂ ਕਰ ਦਿੱਤੀ ਤਾਂ ਤੈਨੂੰ ਸਜ਼ਾ ਹੋ ਸਕਦੀ ਹੈ। ਦੀਪਾ ਹੱਥ ਜੋੜ ਕੇ ਏਅਰ ਹੋਸਟਿਸ ਨੂੰ ਆਖਣ ਲੱਗਾ, ਦੀਦੀ ਮੈਂ ਤਾਂ ਪਹਿਲਾਂ ਹੀ ਜੇਲ੍ਹ ਵਿੱਚੋਂ ਆਇਆ ਹਾਂ, ਪਲੀਜ਼ ਮੇਰੀ ਫਾਈਲ ਨੂੰ ਤੁਸੀਂ ਰਫਾ ਦਫਾ ਕਰ ਦਿਓ। ਏਅਰ ਹੋਸਟਿਸ ਨੇ ਉਹ ਫਾਈਲ ਪੜ੍ਹ ਕੇ ਡਸਟਬਿਨ ਵਿੱਚ ਸੁੱਟ ਦਿੱਤੀ, ਉਸ ਨੂੰ ਇਮੀਗ੍ਰੇਸ਼ਨ ਡਿਪਾਰਟਮੈਂਟ ਵਿੱਚ ਅੰਦਰ ਭੇਜ ਦਿੱਤਾ। ਇਮੀਗ੍ਰੇਸ਼ਨ ਵਾਲੇ ਉਸ ਤੋਂ 10,000 ਰੁਪਏ ਮੰਗ ਰਹੇ ਸੀ, ਪਰ ਉਸ ਕੋਲ ਤਾਂ ਕੋਈ ਵੀ ਪੈਸਾ ਨਹੀਂ ਸੀ। ਉਸਨੇ ਆਖਿਆ ਕਿ ਮੈਨੂੰ ਆਪਣੇ ਰਿਸ਼ਤੇਦਾਰ ਨੂੰ ਕਾਲ ਕਰਾ ਦਿਓ, ਮੇਰੇ ਇੱਥੇ ਰਿਸ਼ਤੇਦਾਰ ਆ, ਮੈਂ ਉਸ ਤੋਂ ਪੈਸੇ ਮੰਗਵਾ ਕੇ ਤੁਹਾਡੀ ਜਮ੍ਹਾਂ ਕਰਵਾ ਦੇਵਾਂਗਾ। ਉਹਨਾਂ ਨੇ ਉਸੇ ਪਲ ਉਸਨੂੰ ਕਾਲ ਕਰਨ ਲਈ ਫੋਨ ਦੇ ਦਿੱਤਾ। ਦੀਪੀ ਨੇ ਸਭ ਤੋਂ ਪਹਿਲਾਂ ਫੋਨ ਆਪਣੇ ਪਿਤਾ ਨੂੰ ਲਗਾਇਆ, ਆਪਣੇ ਪਿਤਾ ਨੂੰ ਦੱਸ ਦਿੱਤਾ ਕਿ ਮੈਂ ਏਅਰਪੋਰਟ ਬੰਬਈ ਉੱਤਰ ਰਿਹਾ ਗਿਆ ਹਾਂ। ਨਾਲ ਦੀ ਨਾਲ ਉਸਨੇ ਟੈਕਸੀ ਵਾਲੇ ਨੂੰ ਵੀ ਕਾਲ ਕਰ ਦਿੱਤੀ। ਤੁਰੰਤ ਹੀ ਟੈਕਸੀ ਵਾਲਾ ਉਹ ਏਅਰਪੋਰਟ ਦੇ ਨੇੜੇ ਆ ਜਾਂਦਾ ਹੈ। ਟੈਕਸੀ ਵਾਲਾ ਵੀ ਉਸਦੇ ਪਿਤਾ ਦਾ ਜਾਣ ਪਛਾਣ ਸੀ। ਇਸ ਤੋਂ ਪਹਿਲਾਂ ਉਹ ਦੀਪੇ ਨੂੰ ਰੈਸਟੋਰੈਂਟ ਵਿੱਚ ਲੈ ਗਿਆ, ਉੱਥੇ ਉਸਨੇ ਪਹਿਲਾਂ ਉਹਨਾਂ ਨੂੰ ਫਰੈਸ਼ ਹੋਣ ਲਈ ਆਖਿਆ, ਫਿਰ ਉਸ ਨੂੰ ਬ੍ਰੇਕਫਾਸਟ ਕਰਵਾਇਆ। ਉਸਨੇ ਦੀਪੇ ਨੂੰ 500 ਰੁਪਇਆ ਕੈਸ਼ ਦਿੱਤਾ ਤੇ ਨਾਲੇ ਰੇਲਵੇ ਸਟੇਸ਼ਨ ਤੇ ਉਸਨੂੰ ਟ੍ਰੇਨ ਦੀ ਟਿਕਟ ਲੈ ਕੇ ਦਿੱਤੀ। ਦੀਪਾ ਜਦੋਂ ਟ੍ਰੇਨ ਵਿੱਚ ਬੈਠਿਆ ਪੰਜਾਬ ਆਉਣ ਲਈ ਉਸਨੇ ਆਪਣੇ ਪਿਤਾ ਨੂੰ ਟੈਕਸੀ ਡਰਾਈਵਰ ਤੋਂ ਕਾਲ ਕਰਵਾ ਦਿੱਤੀ ਸੀ। ਹੁਣ ਦੀਪੇ ਦੇ ਪਿਤਾ ਨਿਰਮਲ ਸਿੰਘ ਨੂੰ ਸਾਹ ਵਿੱਚ ਸਾਹ ਆਇਆ ਜਦੋਂ ਦੀਪਾ ਟ੍ਰੇਨ ਵਿੱਚ ਬੈਠਿਆ। ਉੱਥੇ ਉਸ ਕੋਲ ਮੰਗਣ ਵਾਲੇ ਮੰਗਤੇ ਤੇ ਖੁਸਰੇ ਟ੍ਰੇਨ ਵਿੱਚ ਚੜ੍ਹ ਗਏ, ਜੋ ਉਸ ਕੋਲ ਪੈਸੇ ਸੀ ਉਹ ਵੀ ਉਹਨਾਂ ਨੇ ਹੀ ਲੈ ਲਏ। ਦੀਪਾ ਪੰਜਾਬ ਵਿੱਚ ਜਦੋਂ ਆਇਆ ਉਸਦੀ ਜੇਬ ਵਿੱਚ ਸਿਰਫ 10 ਰੁਪਈਏ ਸੀ। ਜਦੋਂ ਉਹ ਘਰ ਦੇ ਗੇਟ ਫੜਿਆ ਉਸਦੀ ਮਾਂ ਤੋਂ ਉਸਦੀ ਹਾਲਤ ਦੇਖੀ ਨਹੀਂ ਗਈ। ਉਸਦੇ ਪਿਤਾ ਨੂੰ ਉਸਨੇ ਘੁੱਟ ਕੇ ਆਪਣੀ ਗਲਵੱਕੜੀ ਵਿੱਚ ਲੈ ਲਿਆ ਤੇ ਪਿਓ ਪੁੱਤ ਰੱਜ ਕੇ ਰੋਏ। ਦੀਪੇ ਦੇ ਕੋਲ ਜੋ ਬੈਗ ਸੀ ਉਸਦੇ ਵਿੱਚ ਸਾਰੇ ਉਸਦੇ ਕੱਪੜਿਆਂ ਵਿੱਚ ਜੂਆਂ ਹੀ ਜੂਆਂ ਘੁੰਮ ਫਿਰ ਰਹੀਆਂ ਸਨ। ਦੀਪੇ ਦੇ ਸਾਰੇ ਕੱਪੜਿਆਂ ਵਿੱਚ ਮੋਟੀਆਂ ਮੋਟੀਆਂ ਜੂਆਂ ਪੈ ਗਈਆਂ ਸੀ, ਇੱਥੋਂ ਤੱਕ ਉਸਦੇ ਸਰੀਰ ਵਿੱਚ ਵੀ ਜੂਆਂ ਖੁੱਭੀਆਂ ਹੋਈਆਂ ਸਨ। ਦੀਪੇ ਦੇ ਪਿਤਾ ਨੇ ਬਹੁਤ ਚੰਗੀ ਤਰ੍ਹਾਂ ਡਿਟੋਲ ਪਾ ਕੇ ਸਾਰੇ ਪਿੰਡੇ ਨੂੰ ਚੰਗੀ ਤਰ੍ਹਾਂ ਨਹਾਇਆ। ਉਸਦੀ ਮਾਂ ਨੇ ਆਪਣੇ ਬੱਚੇ ਲਈ ਖਾਣਾ ਤਿਆਰ ਕੀਤਾ। ਅੱਜ ਉਹਨਾਂ ਨੂੰ ਕਿੰਨੇ ਚਿਰਾਂ ਤੋਂ ਬਾਅਦ ਗੂੜੀ ਨੀਂਦ ਆਈ।
ਦੀਪੂ ਦੇ ਪਿਤਾ ਦਾ ਪੰਮੀ 20 ਲੱਖ ਰੁਪਈਆ ਖਰਚਾ ਆ ਗਿਆ ਸੀ, ਪਰ ਉਸਨੇ ਫਿਰ ਵੀ ਇਹ ਸੋਚ ਲਿਆ, ਚਲੋ ਮੇਰਾ ਪੁੱਤ ਜੀਵਿਤ ਘਰ ਵਾਪਸ ਮੁੜ ਆਇਆ। ਦੀਪੂ ਬਹੁਤ ਕਮਜ਼ੋਰ ਹੋ ਚੁੱਕਿਆ ਸੀ, ਉਸ ਦੀਆਂ ਲੱਤਾਂ ਤੋਂ ਖੜਿਆ ਵੀ ਨਹੀਂ ਜਾਂਦਾ ਸੀ, ਉਸਦੇ ਸਰੀਰ ਦੇ ਵਿੱਚ ਬਹੁਤ ਜ਼ਿਆਦਾ ਕਮਜ਼ੋਰੀ ਹੋ ਚੁੱਕੀ ਸੀ। ਦੀਪੇ ਦਾ ਪਿਤਾ ਨਿਰਮਲ ਸਿੰਘ ਪਰਮਾਤਮਾ ਦਾ ਸ਼ੁਕਰ ਕਰਦਾ, ਚਲੋ ਜੋ ਹੋਇਆ ਠੀਕ ਹੋਇਆ, ਪਰ ਮੇਰਾ ਪੁੱਤਰ ਮੇਰੇ ਕੋਲ ਆ, ਅੱਜ ਮੈਨੂੰ ਚਿਰਾਂ ਤੋਂ ਬਾਅਦ ਨੀਂਦ ਨਸੀਬ ਹੋਈ ਆ। ਧੰਨਵਾਦ ਜੀ ਸਾਰਿਆਂ ਦਾ ਅੱਜ ਦੀ ਇਹ ਕਹਾਣੀ ਸੁਣਨ ਦੇ ਲਈ। ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਅੱਜ ਦੀ ਕਹਾਣੀ ਤੁਹਾਨੂੰ ਕਿਵੇਂ ਲੱਗੀ। ਮਿਲਦੇ ਹਾਂ ਜੀ ਕੱਲ੍ਹ ਇੱਕ ਨਵੀਂ ਕਹਾਣੀ ਦੇ ਨਾਲ। ਇਜਾਜ਼ਤ ਦਿਓ ਜੀ, ਸਤਿ ਸ਼੍ਰੀ ਅਕਾਲ।